ਕੀ ਕਦੇ ਤੁਸੀਂ ਸੋਚਿਆ ਕਿ 90 ਸਾਲਾਂ ਤੱਕ ਇੱਕ ਚੋਕਲੇਟ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਪਈ ਰਹੇਗੀ ਜਿਸ ਤਰੀਕੇ ਦੇ ਨਾਲ ਉਸ ਚੋਕਲੇਟ ਨੂੰ 90 ਸਾਲ ਪਹਿਲਾਂ ਲਿਆਂਦਾ ਗਿਆ ਸੀ? ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹੋ ਜਿਹੀ ਬੇਤੁਕੀ ਗੱਲ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਜੀ ਹਾਂ, ਇਹ ਮਾਮਲਾ ਬਿਲਕੁਲ ਸੱਚ ਹੈ ਅਤੇ ਜਾਣਕਾਰੀ ਵੀ ਬਿਲਕੁਲ ਸੱਚੀ ਹੈ ਜਿਸ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰ ਰਿਹਾ। 90 ਸਾਲ ਪਹਿਲਾਂ ਇੱਕ ਕੁੜੀ ਦੇ, ਯਾਨੀ ਕਿ ਇੱਕ ਛੋਟੀ ਜਿਹੀ ਬੱਚੀ ਦੇ ਪਿਤਾ ਨੇ ਉਸ ਨੂੰ ਤੋਹਫ਼ੇ ਵਜੋਂ ਚੋਕਲੇਟ ਦਿੱਤੀ ਸੀ ਅਤੇ ਪੂਰੇ 90 ਸਾਲਾਂ ਬਾਅਦ ਉਹ ਚੋਕਲੇਟ ਜਦ ਮਿਲੀ ਤਾਂ ਉਸਦੀ ਹਾਲਤ ਕਿਹੋ ਜਿਹੀ ਸੀ? ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਅਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਉਹ ਚੋਕਲੇਟ ਜਿਹੜੀ ਚੋਕਲੇਟ 90 ਸਾਲ ਪਹਿਲਾਂ ਉਸ ਬੱਚੀ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਅਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਅਤੇ ਨਾਲ ਹੀ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਦਰਅਸਲ ਡੇਲੀ ਮੇਲ ਨਿਊਜ਼ ਵੈਬਸਾਈਟ ਦੀ ਇੱਕ ਰਿਪੋਰਟ ਦੇ ਮੁਤਾਬਿਕ ਇੰਗਲੈਂਡ ਦੇ ਲੀਡਸ ਦੀ ਰਹਿਣ ਵਾਲੀ ਵੇਰਾ ਪ੍ਰੈਚਰ ਨੂੰ ਉਸਦੇ ਪਿਤਾ ਨੇ 1935 ਦੇ ਵਿੱਚ ਇੱਕ ਚੋਕਲੇਟ ਤੋਹਫ਼ੇ ਵਜੋਂ ਦਿੱਤੀ ਸੀ। ਇਹ ਵਿਸ਼ੇਸ਼ ਚੋਕਲੇਟ ਮਹਾਰਾਜ ਅਤੇ ਮਹਾਰਾਣੀ ਮੈਰੀ ਦੀ ਸਿਲਵਰ ਸੁਪਲੀ ਦੇ ਮੌਕੇ ਬਣਾਈ ਗਈ ਸੀ। ਪਿਤਾ ਨੇ ਇਹ ਚੋਕਲੇਟ ਭੇਟ ਕੀਤੀ ਅਤੇ ਬੇਟੀ ਨੂੰ ਇਹ ਨਾ ਖਾਣ ਵਾਸਤੇ ਕਿਹਾ ਕਿਉਂਕਿ ਇਹ ਭਵਿੱਖ ਦੇ ਵਿੱਚ ਬਹੁਤ ਹੀ ਕੀਮਤੀ ਬਣ ਜਾਵੇਗੀ, ਜਿਸ ਕਰਕੇ ਬੇਟੀ ਨੇ ਪਿਤਾ ਦੀ ਸਲਾਹ ਮੰਨ ਲਈ ਅਤੇ ਚੋਕਲੇਟ ਨੂੰ ਆਪਣੇ ਕੋਲ ਸਾਂਭ ਕੇ ਰੱਖ ਲਿਆ। ਬੇਟੀ ਜਦ 90 ਸਾਲ ਦੀ ਹੋ ਗਈ ਤਾਂ ਉਸਨੂੰ ਲੱਗਿਆ ਕਿ ਉਸਨੇ ਇਹ ਚੋਕਲੇਟ ਗੁਆ ਦਿੱਤੀ ਹੈ। ਪਿਛਲੇ ਸਾਲ ਔਰਤ ਦੀ 95 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਅਤੇ ਉਸਦੇ ਬੱਚਿਆਂ ਅਤੇ ਪੋਤਿਆਂ ਨੇ ਜਦ ਇਸਦਾ ਕਮਰਾ ਸਾਫ਼ ਕੀਤਾ ਤਾਂ ਉਹਨਾਂ ਨੂੰ ਇਹ ਚੋਕਲੇਟ ਮਿਲ ਗਈ। ਦਰਅਸਲ ਔਰਤ ਨੇ ਇਸ ਚੋਕਲੇਟ ਨੂੰ ਕੌਫੀ ਦੇ ਟੀਨ ਦੇ ਵਿੱਚ ਪਾ ਕੇ ਬੈੱਡ ਦੇ ਦਰਾਜ਼ ਦੇ ਵਿੱਚ ਰੱਖਿਆ ਸੀ। ਸੋ ਵੈਰਾ ਦੇ ਚਾਰ ਬੱਚਿਆਂ ਦੇ ਵਿੱਚੋਂ ਇੱਕ ਨੇ ਦੱਸਿਆ ਕਿ ਜਦ ਉਸਦੀ ਮਾਂ ਨੂੰ ਪਤਾ ਲੱਗਿਆ ਕਿ ਉਹ ਚੋਕਲੇਟ ਗਵਾ ਚੁੱਕੀ ਹੈ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ। ਉਸਨੇ ਸਾਰੇ ਬੱਚਿਆਂ ਨੂੰ ਘਰ ਦੇ ਵਿੱਚ ਚੋਕਲੇਟ ਦੀ ਤਲਾਸ਼ੀ ਕਰਨ ਲਈ ਕਿਹਾ ਸੀ ਅਤੇ ਹੁਣ ਉਮੀਦ ਹੈ ਕਿ ਇਸ ਚੋਕਲੇਟ ਦੀ ਨਿਲਾਮੀ ਕਰਕੇ ਉਹਨਾਂ ਨੂੰ 10,000 ਰੁਪਏ ਤਾਂ ਮਿਲ ਹੀ ਜਾਣਗੇ। ਇਸ ਚੋਕਲੇਟ ਦੀ ਨਿਲਾਮੀ ਹਾਂਸਮ ਓਖੇਨਰ ਦੇ ਰਾਹੀਂ ਕੀਤੀ ਜਾਵੇਗੀ। ਖੈਰ, ਤੁਹਾਨੂੰ ਕਿਵੇਂ ਦੀ ਲੱਗੀ ਇਹ ਜਾਣਕਾਰੀ ਅਤੇ ਕੀ ਨੇ ਤੁਹਾਡੇ ਵਿਚਾਰ ਇਸ ਪੂਰੀ ਜਾਣਕਾਰੀ ਦੇ ਬਾਬਤ? ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ ਅਤੇ ਨਾਲ ਹੀ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਕਿਸੇ ਧੀ ਵਾਸਤੇ ਉਸਦੇ ਪਿਤਾ ਦੇ ਵੱਲੋਂ ਦਿੱਤਾ ਗਿਆ ਤੋਹਫ਼ਾ ਆਖਿਰਕਾਰ ਉਹਨਾਂ ਵਾਸਤੇ ਕੀ ਅਹਿਮੀਅਤ ਰੱਖਦਾ। ਜੇਕਰ ਇਸ ਬੱਚੀ ਦੇ ਵੱਲੋਂ ਇਸ ਚੋਕਲੇਟ ਨੂੰ ਨਾ ਸੰਭਾਲਿਆ ਜਾਂਦਾ ਤਾਂ ਸ਼ਾਇਦ ਉਸਦੇ ਪਿਤਾ ਦਾ ਪਿਆਰ ਵੀ ਘੱਟ ਸਕਦਾ ਸੀ, ਪਰ ਇਸ ਬੱਚੀ ਨੇ ਆਪਣੇ ਪਿਤਾ ਦੁਆਰਾ ਦਿੱਤੇ ਹੋਏ ਤੋਹਫ਼ੇ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਪੂਰੇ 90 ਸਾਲਾਂ ਤੱਕ ਸੰਭਾਲ ਕੇ ਰੱਖਿਆ ਸੀ। ਹਾਲਾਂਕਿ ਉਸਨੂੰ ਲੱਗਿਆ ਕਿ ਸ਼ਾਇਦ ਉਸਨੇ ਤੋਹਫ਼ਾ ਗੁਆ ਦਿੱਤਾ, ਪਰ ਅਸਲ ਦੇ ਵਿੱਚ ਉਸਦਾ ਤੋਹਫ਼ਾ ਗੁੰਮਿਆ ਨਹੀਂ ਸੀ ਅਤੇ ਹੁਣ ਤੋਹਫ਼ਾ ਜਿਹੜਾ ਗੁਲਾਬ ਹੋਣ ਜਾ ਰਿਹਾ, ਜਿਸ ਤੋਂ ਬਾਅਦ ਕਿ ਪਰਿਵਾਰਕ ਮੈਂਬਰਾਂ ਨੂੰ ਕੁਝ ਪੈਸੇ ਜਿਹੜੇ ਨੇ ਇਸ ਚੋਕਲੇਟ ਦੇ ਮਿਲ ਜਾਣਗੇ। ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ।